ਸੰਗਤਾਂ ਨੂੰ ਬੇਨਤੀ ਹੈ ਲੰਗਰ ਛਕ ਕੇ ਜਾਣਾ, ਚਾਹ ਦਾ ਲੰਗਰ ਪੀ ਕੇ ਜਾਣਾ। ਸਾਰੀਆਂ ਸੰਗਤਾਂ ਲਈ ਪ੍ਰਬੰਧਕ ਕਮੇਟੀ ਬਾਬਾ ਨਾਨਕਦੇਵ ਜੀ ਔਰ ਪੂਰੀ ਮਾਰਕੀਟ ਕਮੇਟੀ, ਜਿੰਨੀਆਂ ਵੀ ਦੁਕਾਨਾਂ ਦੁਕਾਨਦਾਰ ਨੇ, ਪ੍ਰਧਾਨ ਸਾਹਿਬ ਸਾਡੇ ਚੌਹਾਨ ਸਾਹਿਬ, ਔਰ ਅੱਜ ਦਾ ਇਹ ਜੋ ਮਾਣ ਸਨਮਾਨ ਹੈ ਸਾਡੇ ਬਾਬਾ ਸੋਨੂ ਜੀ ਔਰ ਨੌਜਵਾਨ ਜਿਨ੍ਹਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ, ਹੱਥ ਜੋੜ ਕੇ ਬੇਨਤੀ ਹੈ ਵੀ ਲੰਗਰ ਦੇ ਵਿੱਚੋਂ ਥੋੜ੍ਹਾ ਛੱਕ ਕੇ ਜ਼ਰੂਰ ਜਾਣਾ। ਮੋਲੇ ਸੋਨਰ ਦਾਸ ਮਹਾਰਾਜ ਕੀ ਜੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕੀਤੀ ਹੋਈ ਮਿਹਨਤ ਹੈ, ਇਸ ਨੂੰ ਜਾਇਆ ਨਾ ਜਾਣ ਦਈਏ। ਔਰ ਇੱਕ ਬਾਬਾ ਸਾਹਿਬ ਅੰਬੇਡਕਰ ਦੇ ਬਿਠਾਏ ਔਰ ਜਿਹਨਾਂ ਸਦਕਾ ਸਟੇਜ 'ਤੇ ਅਸੀਂ ਬੈਠੇ ਹਾਂ, ਨਹੀਂ ਅਸੀਂ ਬੈਠ ਵੀ ਨਹੀਂ ਸੀ ਸਕਦੇ, ਕੋਈ ਗੱਲ ਨਹੀਂ ਸੀ ਕਰ ਸਕਦੇ। ਸ਼ੋਦਰ ਦੇ ਨਾਰੇ ਕਦੇ ਪੰਚਾਇਤ ਵਿੱਚ ਨਹੀਂ ਸੀ ਜਾ ਸਕਦੇ। ਮੈਨੂੰ ਕਈ ਵਾਰੀ ਰੋਕਦੇ ਆ ਬਾਬਾ ਸੋਨੂ ਜੀ, ਕਹਿੰਦੇ ਆ ਗੱਲ, ਕਿਉਂਕਿ ਜਿਹੜੀ ਗੱਲ ਇਸ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਲੰਗਰ ਛੱਕ ਕੇ ਜਾਣਾ, ਚਾਹ ਦਾ ਲੰਗਰ ਪੀ ਕੇ ਜਾਣਾ। ਸਾਰੀਆਂ ਸੰਗਤਾਂ ਲਈ ਪ੍ਰਬੰਧਕ ਕਮੇਟੀ ਬਾਬਾ ਨਾਨਕਦੇਵ ਜੀ ਔਰ ਪੂਰੀ ਮਾਰਕੀਟ ਕਮੇਟੀ, ਜਿੰਨੀਆਂ ਵੀ ਦੁਕਾਨਾਂ ਦੁਕਾਨਦਾਰ ਨੇ, ਪ੍ਰਧਾਨ ਸਾਹਿਬ ਸਾਡੇ ਚੌਹਾਨ ਸਾਹਿਬ, ਔਰ ਅੱਜ ਦਾ ਇਹ ਜੋ ਮਾਣ ਸਨਮਾਨ ਹੈ ਸਾਡੇ ਬਾਬਾ ਸੋਨੂ ਜੀ ਔਰ ਨੌਜਵਾਨ ਜਿਨ੍ਹਾਂ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ, ਹੱਥ ਜੋੜ ਕੇ ਬੇਨਤੀ ਹੈ ਵੀ ਲੰਗਰ ਦੇ ਵਿੱਚੋਂ ਥੋੜ੍ਹਾ ਛੱਕ ਕੇ ਜ਼ਰੂਰ ਜਾਣਾ। ਮੋਲੇ ਸੋਨਰ ਦਾਸ ਮਹਾਰਾਜ ਕੀ ਜੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕੀ, ਕਿਉਂਕਿ ਜਿਹੜੀ ਗੱਲ ਇਸ ਮੁਲਕ 'ਤੇ ਹੈ, ਉਸ ਮੁਲਕ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਸਾਨੂੰ ਇਹ ਕਰਨਾ ਪੈਂਦਾ।